ਪਰਮ ਦੇ ਸਤਿਕਾਰਯੋਗ ਮੈਂ ਇੱਕ ਤਾਂ ਦੋ ਗੱਲਾਂ ਦਾ ਨੁਕਸਾਨ ਹੋ ਜਾਂਦਾ, ਇੱਕ ਤਾਂ ਪਾਣੀ ਦੀ ਬਾਰੀ ਛੱਡ ਕੇ ਆਇਆ, ਦੂਜਾ ਤੇ ਦੇਹ ਬਹੁਤ ਲੱਗੀ ਹੈ, ਮੈਨੂੰ ਗੂੜ ਘੰਟਾ ਹੋ ਗਿਆ ਬੈਠੇ ਨੂੰ। ਤੁਹਾਡੇ ਤੇ ਜੋਸ਼ ਵਾ ਹੁੰਦਾ ਹੈ, ਪਰ ਤੁਸੀਂ ਜਿਹੜਾ ਖੂਦ ਪਾਈ ਜਾਂਦੇ ਖਿੰਡੂ, ਆ ਢੱਡਿਆਂ ਦਾ ਕਵੀ ਹੋਇਆ ਸ਼ਿਵਰਾਮ, ਉਹਨੇ ਬੜੀ ਸੋਹਣੀ ਲਾਈਨ ਲਿਖੀ ਹੈ, ਕਹਿੰਦਾ ਉਹ ਬੇਈਮਾਨੀ ਸੰਸਾਰ ਦੇ ਜੋਰ ਪਾ ਗਈ, ਭਾਈ ਭਾਈ ਨਾਲ ਦਗਾ ਕਮਾ ਜਾਂਦੇ, ਉਤੋਂ ਮਿੱਠੀਆਂ ਮਿੱਠੀਆਂ ਜੋ ਕਰਨ ਗੱਲਾਂ ਵਿੱਚੋਂ ਕੁੱਝੀਆਂ ਦਸਤਰਾ ਲਾ ਜਾਂਦੇ, ਉਹ ਲੋਕ ਖਾਣ ਪੀਣ ਦੇ ਮਾਰੇ ਕੌਣ ਦੋਸਤੀ ਬਖਤ ਪਏ ਤੋਂ ਮੁੱਖ ਭਵਾ ਜਾਂਦੇ। ਸ਼ਿਵਰਾਮਾ ਦੇ ਰੱਬ ਨਾਲ ਰਹਿੰਦਾ ਲੁੱਕ ਕੇ, ਲੋਕੀ ਰੱਬ ਨੂੰ ਵੇਚ ਕੇ ਖਾਦਾ। ਮੈਂ ਕਹਿੰਦਾ ਅੱਜ ਮੂਸੇਆ ਦੇ ਸਾਡੇ ਛੋਟੇ ਵੀਰ ਦੀ ਚੜ੍ਹਾਈ ਹੈ, ਮੁੰਡਾ ਪਿੰਡ ਕਹਿੰਦਾ ਰਿਸ਼ਤੇਦਾਰੀਆਂ ਸਾਡੀਆਂ, ਆ ਲੈ ਤੇਰੀ ਚੜ੍ਹਾਈ ਹੈ, ਕਿਤੇ ਮਗਰੋਂ ਤੁਸੀਂ ਹੁਣ ਖਾਣ ਪੀਣ ਦੇ ਬਾਰੇ ਵੀ ਚੜ੍ਹਾਈ ਹੈ ਕੋਲੇ ਨੂੰ, ਤੇ ਮਗਰੋਂ ਪਿੱਠਣਾ ਪਵਾ ਜਿਓ। ਮੈਂ ਇੱਕ ਮਸਾਂ ਮਿਲਿਆ, ਮੈਨੂੰ ਮੈਂ ਇੱਕ ਬਹੁਤ ਵੇਟ ਕਰਕੇ ਮਿਲਿਆ, 2 ਮਿੰਟ ਬਾਅਦ ਹੀ ਲਾਊਂਗਾ, ਕਿਉਂਕਿ ਕੱਲ ਇੱਕ ਨੇਤਾ ਬੋਲ ਰਿਹਾ ਸੀ ਇੱਧਰ ਦੀ ਧਰਤੀ ਤੇ, ਕਹਿੰਦਾ ਮੈਂ ਕਿਸਾਨ ਦਾ ਪੁੱਤਾ, ਰੌਲਾ ਨਾ ਪਾਓ, ਰੌਲਾ ਨਾ ਪਾਓ, ਸੁਣ ਲਓ, ਜੇ ਕਿਸਾਨ ਦੇ ਪੁੱਤੋਂ ਰੌਲਾ ਨਾ ਪਾਓ, ਕਹਿੰਦਾ ਮੈਂ ਕਿਸਾਨ ਦਾ ਪੁੱਤ, ਕਿਸਾਨ ਦਾ ਪੋਤਾ। ਮਿੱਤਰੋ ਮੈਂ ਦੱਸਦਾ, ਕਿਸਾਨ ਦੇ ਪੁੱਤ ਦਾ ਕਦੇ ਵੀਰ ਢਿੱਡਾ ਨਹੀਂ ਹੁੰਦਾ, ਢਿੱਡ ਲੱਗਾ ਚੜਿਆ ਹੁੰਦਾ ਉਹਦਾ, ਵੀਰ ਢਿੱਡੇ ਕਦੇ ਕਿਸਾਨ ਦੇ ਪੁੱਤ ਨਹੀਂ ਹੁੰਦੇ, ਆ ਸੁਖਵੀਰ ਬਾਦਲ ਵਰਗੇ ਕੈਪਟਨ ਵਰਗੇ ਇਹ ਕਦੇ ਕਿਸਾਨ ਦੇ ਪੁੱਤ ਨਹੀਂ। ਸੱਚਾਈ ਹੈ, ਮੈਂ ਖੁਦ ਖੇਤੀ ਕਰਦਾ, ਜਦੋਂ ਮੇਰਾ ਬਾਪ ਹੁੰਦਾ ਸੀ ਮੈਂ ਰਾਉਂਡ ਵੀ ਹੁੰਦਾ ਸੀ, ਕਦੇ ਕਿਤੇ ਕਦੇ ਕਿਤੇ ਕਾਰ ਮੇਰੇ ਕੋਲ ਚੱਲਦੀ ਹੁੰਦੀ ਸੀ, ਜਦੋਂ ਮੇਰਾ ਬਾਪ ਮਰਿਆ ਸਾਡੇ ਰਾਮ ਰਮਣ ਦੀ ਸੱਥਾਂ ਚ ਗੁਪਤ ਰੂਪ ਚ ਗੱਲਾਂ ਕੀ ਹੁੰਦੀਆਂ, ਕਹਿੰਦੇ ਗਗਨਦੀਪ ਦਾ ਪੋ ਮਰ ਗਿਆ, ਹੁਣ ਖੇਤੀ ਠੇਕੇ ਸੇ ਦੀ ਜ਼ਰੂਰਤ ਕਿੱਥੋਂ ਕਰਾਂ, ਮੈਂ ਇੱਕ ਵੀ ਬੰਦਾ ਨਹੀਂ ਲਿਆ ਖੁਦ ਖੇਤੀ ਕਰਦਾ, ਔਰ ਮੇਰਾ ਸਾਰਾ ਨਰਮਾ ਬਗੈਰ ਪੈਸਟੀਸਾਈਡ ਤੋਂ ਹੈ, ਕੋਈ ਸਪਰੇਅ ਨਹੀਂ ਕੀਤੀ ਮੈਂ ਨਰਮੇ ਤੇ ਬਗੈਰ ਪੈਸਟੀਸਾਈਡ ਤੋਂ ਹੈ ਮੇਰੀ ਸਾਰੀ ਖੇਤੀ। 3 ਸਾਲ ਹੋ ਗਏ, ਕੋਈ ਮਾਨਸਾ ਮਣੀ ਦਾ ਦੁਕਾਨਦਾਰ ਕਹਿੰਦੇ ਕਿ ਸਾਡੋ ਸਪਰੇਅ ਖੇਤ ਕਰ ਗਿਆ, ਮੈਂ ਕੋਈ ਸਪਰੇਅ ਨਹੀਂ ਕਰੀ ਕਦੇ ਖੇਤੀ ਤੇ, ਔਰ ਸਾਰੀ ਕਰੋ ਮੋਦੀ ਨੇ ਗੱਲ ਉਠਾ ਦੇਵਾਂਗੇ, ਮੋਦੀ ਕਹਿੰਦਾ ਕਿਸਾਨ ਪੰਜਾਬ ਦਾ ਕਿਸਾਨ ਰਹਿ ਪਾਉਂਦਾ, ਖਾਦਾ ਵਰਤਦਾ, ਪੈਸਟੀਸਾਈਡ ਵਰਤਦਾ, ਮੈਂ ਕਹਿੰਦਾ ਮੈਨੂੰ 20,000 ਕੁਆਟਲ ਨਰਮਾ ਮੇਰੇ ਕੋਈ ਸਪਰੇਅ ਨਹੀਂ ਕਰਨਾ, ਔਰ ਮੈਂ ਕਹਿ ਦਿਆ ਕੱਲ ਨੂੰ ਚੁਕਾਈ ਸ਼ੁਰੂ ਕਰੂੰਗਾ, ਕੱਖ ਨਹੀਂ ਕਰਦੇ ਇਹ ਵੋਟਾਂ ਲੈਣਗੇ। ਅੱਜ ਦਾ ਹਲੂਕ ਕੀ ਹੈ, ਸਾਡੇ ਨੌਜਵਾਨ ਖੜੇ ਜੋਸ਼ ਹੁੰਦੇ ਰਹਿ, ਲੀਡਰਾਂ ਨੇ ਪਤਾ ਕੀ ਕਹਿਣਾ, ਉਹ ਮੂਸੇ ਵਾਲਾ ਕਲਾਕਾਰ ਆ ਯਾਰ ਉੱਥੇ, ਉਹਨੇ ਇਕੱਠ ਕਰ ਲਿਆ ਤੇ ਮਣੀ ਰਹਿੰਦਾ ਡਾਂਟੇ ਦੇ ਖੇਤ ਲੈਂਦੇ ਡਿੱਗਦੇ ਆ। ਮੈਂ ਸਾਡੇ ਗੋਦਵਾਲ ਤੋਂ ਸਰਪੰਚੀ ਦੀਆਂ ਚੋਣਾਂ ਤੋਂ ਦੂਜੇ ਦਿਨ ਮੈਂ ਬੋਲਿਆ ਸੀ, ਮਰ ਕੇ ਕੀ ਹੈ, ਮੈਂ ਕਿਹਾ ਮੈਂ ਬੱਚਿਆਂ ਦੇ ਉੱਤੇ ਮੈਨੂੰ ਘੋੜਾ ਤੋਂ ਡਾਊਟ ਨਹੀਂ, ਮੈਂ ਇਹਨਾਂ ਨੂੰ ਸਾਫ਼ ਦੇ ਦਾਰੂ ਪੀ ਕੇ ਪੀਤੀ ਹੈ, ਮਾਈਓ ਮੈਨੂੰ ਗੁੱਸਾ ਸੋ ਦੇਣਾ, ਮਾਈਆਂ ਕਹਿੰਦੀਆਂ ਸਾਡੇ ਨਾਲ ਕਹਿੰਦਾ, ਮੈਂ ਕਿਹਾ ਤੁਸੀਂ ਜਦੋਂ ਹਾਰ ਮਾਰਦਾ ਸੀ ਤੁਸੀਂ ਭੱਜੀਆਂ ਆਉਂਦਾ ਸੀ ਵੀ ਦੇਸੀ ਵਾਲਾ ਸਕੂਟਰ ਆ ਗਿਆ, ਆ ਜੀਪ ਆ ਗਈ, ਫੜ ਫੜ ਫੁੰਜਿਆ ਨਾ ਤੁਸੀਂ ਲੋਕੀ ਨਹੀਂ ਸੀ ਬੋਲਣਾ, ਤੁਸੀਂ ਸਭ ਤੋਂ ਵੱਧ ਕਸੂਰਵਾਰ ਹੋ, ਸੋ ਫਿੰਗੋ ਨਾਲ ਗਰਦਾਰ ਨਾ ਵੇਚੋ, ਲੀਡਰ ਕੁਛ ਨਹੀਂ ਦਿੰਦੇ ਇਹਨਾਂ ਨੇ ਤਾਂ ਲੱਗੀ ਹੈ, ਮੈਂ ਬਸ 1 ਮਿੰਟ ਤੋਂ ਬਾਅਦ ਫਤਿਹ ਬੁਲਾ ਦੇਣੀ ਹੈ ਮੇਰੀ ਇੱਕ ਵੱਡੇ ਲੀਡਰ ਨਾਲ, ਮੈਂ ਕਮਿਟੇ ਨਾਲ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਗੋਰਿਆਂ ਦਾ ਰਾਜ ਦੁਬਾਰੇ ਲਿਆਓ, ਗੋਰੇ ਫਲੀਆਂ ਦੇ ਉੱਥੋਂ ਰਾਜ ਲੜਦੀ ਹੁੰਦਾ, ਮੈਨੂੰ ਪਤਾ ਕੀ ਕਹਿੰਦਾ, ਕਾਕਾ ਤੁਸੀਂ ਗੋਰਿਆਂ ਦੀ ਕਾਨੂੰਨ ਦੇਖੇ ਕਿ ਮੈਂ ਗੁਲਾਮੀ ਵੀ ਦੇਖੀ, ਮੈਂ ਕਿਹਾ ਫਿਰ ਤੇਰੇ ਪੋਤੇ ਕਨੇਡਾ ਕਹਿੰਦੇ ਵਾਸਤੇ ਪੜ੍ਹਦੇ ਆ, ਤੇਰੇ ਪੋਤੇ ਕਨੇਡਾ ਕਹਿੰਦੇ ਇਹਨਾਂ ਦਾ ਵੱਡੇ ਵੱਡੇ ਫਾਰਮ ਹੈ, ਲਾਲੂ ਪ੍ਰਸ਼ਾਦ ਦਾ ਬੰਦਾ ਨਾ ਮੁੜੀ 500 ਗੱਲਾਂ ਨੀਤੀਆਂ ਦਾ ਬਾਗ ਹੈ ਲਾਲੂ ਦਾ, ਮੈਂ ਫਤਿਹ ਬੁਲਾ ਦੇਣਾ ਕਿਉਂਕਿ ਹੋਰ ਨੇ ਬੋਲਣਾ, ਤੁਸੀਂ ਮੈਨੂੰ ਬਰਾਬਰ ਬੇਟਾ ਜਦੋਂ ਮਰਜ਼ੀ ਆ ਜਾਓ, ਇੱਥੇ ਤਾਂ ਮੈਂ ਟੀ ਸ਼ਰਟ ਪਾ ਕੇ ਮੇਰੇ ਕੱਲ੍ਹ ਅਕਸ਼ਹਿਰਾਂ ਦੇ ਫੁੱਟੇ ਹੁੰਦੇ ਜਦੋਂ ਮਰਦੇ, ਇੱਕ ਗੱਲ ਦਾ ਫਤਿਹ ਬੁਲਾਉਣਾ, ਮੈਨੂੰ ਕਹਿੰਦੇ ਤੁਸੀਂ ਇਹ ਦਿਖਾ ਦਿਓ ਕੈਪਟਨ ਸੁਖਵੀਰ ਬਾਦਲ, ਬਲਵਿੰਦਰ ਭੂੰਦੜ, ਮੋਫਰ, ਜਨਰਾਲ, ਆਹ ਨਲੀ ਸ਼ਲੀ ਕਦੇ ਕਿਸੇ ਨੇ ਖਾਲ ਭਰਤੀ ਦੇਖੀ ਹੈ, ਤੁਹਾਨੂੰ ਹਾਜ਼ਰੀ ਦੱਸ ਦੇ ਸੋਫੀਓ ਮੇਰੀ ਚੰਦਰੀ ਜਵਾਨ, ਜੇ ਕੋਈ ਸ਼ਬਦ ਉੱਚਾ ਜੀਵਾ ਬੋਲ ਗਈ ਹੋਵੇ ਤਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦਾ, ਕਿਸਾਨ ਮਜ਼ਦੂਰ ਇੱਕ ਦਾ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ।
बहुत बहुत धन्यवाद भीर का, जिन्हें भी गल्ला करे बस सिरा ही करनी है।